ਬਿਲਕੁਲ ਜੀ ਬਿਲਕੁਲ, ਨਵੇਂ ਸਾਲ ਦੀਆਂ ਪੂਰੀਆਂ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਨੇ। ਜਿੱਦਾਂ ਕਿ ਪੁਰਾਣਾ ਸਾਲ ਨਿਕਲ ਗਿਆ ਅਤੇ ਨਵਾਂ ਸਾਲ ਵੀ ਅਸੀਂ ਇੱਦਾਂ ਹੀ ਚਾਹੁੰਦੇ ਹਾਂ ਕਿ ਵਧੀਆ ਵਧੀਆ ਤਰੱਕੀਆਂ ਬਖਸ਼ਿਆ ਆਏ ਅਤੇ ਕੰਮ ਕਾਰ 'ਚ ਸਾਰਿਆਂ ਦੇ ਨਾਲ ਜੋ ਤਰੱਕੀਆਂ ਹੋਣ ਸਾਰਿਆਂ ਨੂੰ। ਅਤੇ ਨਵੇਂ ਸਾਲ ਦੇ ਵਾਸਤੇ ਅਸੀਂ ਵੀ ਔਫਰ ਲੈ ਕੇ ਆਏ ਹਾਂ ਸਾਰੀ ਜਿੰਨੀਆਂ ਕਿ ਫੈਮਿਲੀ ਪਾਰਟੀਜ਼ ਤੁਸੀਂ ਆਪਣੇ ਸਾਡੇ ਆ ਕੇ ਪਾਰਟੀ ਇੰਜੋਏ ਕਰ ਸਕਦੇ ਹੋ। ਅਤੇ ਸਾਡੇ ਪੂਰੇ ਮੈਨਿਊ ਦੇ ਉੱਤੇ ਤੁਹਾਨੂੰ 10% ਡਿਸਕਾਊਂਟ ਦੇ ਰਹੇ ਹਾਂ। ਉਮੀਦ ਰੱਖਦੇ ਹੋ ਕਿਵੇਂ ਦੀ ਉਮੀਦ ਉਮੀਦ? ਰੱਖਦੇ ਹਾਂ ਕਿ ਨਵਾਂ ਸਾਲ ਸਾਰਿਆਂ ਵਾਸਤੇ ਬਹੁਤ ਵਧੀਆ ਨਿਕਲੇ, ਅਤੇ ਜਿਹੜੇ ਲੋਕ ਮੇਰੇ ਸਾਡੇ ਯੂਥ ਜਿਹੜਾ ਦੇਸ਼ਾਂ ਵਿਦੇਸ਼ਾਂ ਵੱਲ ਭੱਜ ਰਿਹਾ, ਉਹਨਾਂ ਨੂੰ ਵੀ ਮੈਂ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਆਪਣੇ ਸ਼ਹਿਰ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਟੈਲੈਂਟ ਨੂੰ, ਪੰਜਾਬ ਦੇ ਟੈਲੈਂਟ ਨੂੰ ਅੱਗੇ ਵਧਾਇਆ ਜਾਵੇ ਅਤੇ ਇੱਥੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤਰੱਕੀਆਂ ਪਾਈਆਂ ਜਾਣ। ਨਵਾਂ ਸਾਲ ਪਹਿਲਾਂ ਤਾਂ ਪਰਮਾਤਮਾ ਕੋਲ ਅਰਦਾਸ ਕਰਕੇ ਮੰਗਦੇ ਹਾਂ ਕਿ ਸਾਰੇ ਸੰਸਾਰ ਲਈ ਮੰਗਲਮਈ ਹੋਏ, ਸਾਰੀ ਦੁਨੀਆ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਚੜ੍ਹੇ। ਅਤੇ ਦੂਸਰਾ ਇਹ ਚਾਹੁੰਦੇ ਹਾਂ ਕਿ ਸਵੱਛ ਪ੍ਰਸ਼ਾਸਨ ਮਿਲੇ ਲੋਕਾਂ ਨੂੰ, ਇਹ ਜਗ੍ਹਾ ਜਗ੍ਹਾ ਜਿਹੜੇ ਕੂੜੇ ਦੇ ਢੇਰ ਹੈ ਸਰਕਾਰਾਂ ਵੱਲੋਂ ਚੁਕਾਏ ਜਾਣ ਅਤੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮਿਲੇ, ਹਰ ਦਫ਼ਤਰ 'ਚ ਲੋਕਾਂ ਦਾ ਕੰਮ ਸਹੀ ਤਰੀਕੇ ਹੋਏ। ਜਿਹੜੇ ਛੋਟੇ ਦੁਕਾਨਦਾਰ ਹੈ ਸਰਕਾਰਾਂ ਨੂੰ ਅੱਗੇ ਅਪੀਲ ਹੈ, ਚਾਹੇ ਉਹ ਸੈਂਟਰ ਦੀ ਗੌਰਮੈਂਟ ਹੈ ਚਾਹੇ ਸਟੇਟ ਗੌਰਮੈਂਟ ਹੈ, ਕਿ ਹੁਣ ਮੱਧਮ ਵਰਗ ਵੱਲ ਵੀ, ਛੋਟੇ ਦੁਕਾਨਦਾਰ ਵੱਲ ਵੀ ਕੋਈ ਪੋਲਸੀਆਂ ਲਿਆ ਕੇ ਧਿਆਨ ਦਿੱਤਾ ਜਾਏ, ਕਿਉਂਕਿ ਇੱਕ ਮੱਧਮ ਵਰਗ ਦੇ ਦੁਕਾਨਦਾਰ ਪਿਛੜਨ ਡਿਆ, ਇਹਨਾਂ ਦੇ ਬੱਚੇ ਜ਼ਿਆਦਾਤਰ ਬਾਹਰ ਜਾ ਰਹੇ ਨੇ। ਸਰਕਾਰਾਂ ਅੱਗੇ ਅਪੀਲ ਹੈ ਕਿ ਹੁਣ ਅਗਲੀ ਪੋਲਸੀ ਮੱਧਮ ਵਰਗ ਅਤੇ ਛੋਟੇ ਦੁਕਾਨਦਾਰ ਲਈ ਲਿਆਈ ਗਈ। ਸਾਲ ਸਾਰੇ ਦੇਸ਼ ਵਾਸੀਆਂ ਵਾਸਤੇ ਖੁਸ਼ੀਆਂ ਭਰਿਆ ਆਵੇ। ਇੱਕ ਸਰ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਦੇਸ਼ ਮਹਿੰਗਾਈ ਹੈ, ਜਿਹਦੇ ਕਰਕੇ ਸਾਨੂੰ ਨਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ। ਇੱਕ ਮਾਰਕੀਟ ਬਹੁਤ ਸਲਮ ਚੱਲ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਇੱਕ ਗੌਰਮੈਂਟ GST ਘਟਾਵੇ, ਲੋਕਾਂ ਦਾ ਕਾਰੋਬਾਰ ਚੱਲੇ ਅਤੇ ਲੋਕ ਖੁਸ਼ਹਾਲ ਚੱਲੇ। ਅਤੇ ਅਸੀਂ ਜਿੱਦਾਂ ਸਾਡੀ ਮਾਰਕੀਟਾਂ ਜਿਹੜੇ ਨਵੇਂ ਵੱਡੇ ਵੱਡੇ ਮਾਲ ਖੁੱਲ੍ਹੇ ਆ, ਸਾਡੇ ਛੋਟੇ ਛੋਟੇ ਦੁਕਾਨਦਾਰਾਂ ਨੂੰ ਬੜੀ ਪ੍ਰੋਬਲਮ ਉਹਨਾਂ ਨਾਲ ਆ ਰਹੀ ਹੈ। ਸਾਡੀ ਉਹਨਾਂ ਨਾਲ ਅੱਧੇ ਕਾਰੋਬਾਰ ਹੋ ਗਏ ਆ ਮਾਲ ਖੁੱਲ੍ਹਣ ਦੇ ਨਾਲ। ਅਤੇ ਅਸੀਂ ਦੇਸ਼ ਨੂੰ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਥੋੜ੍ਹਾ ਸਾਡੇ ਬਾਰੇ ਕੁਝ ਸੋਚਿਆ ਜਾਵੇ। ਨਵਾਂ ਸਾਲ ਤਾਂ ਬਈ ਬਹੁਤ ਵਧੀਆ ਆਉਣਾ ਚਾਹੀਦਾ, ਸਾਰਿਆਂ ਨੂੰ ਖੁਸ਼ੀਆਂ ਭਰਿਆ ਆਉਣਾ ਚਾਹੀਦਾ। ਅਤੇ ਜਿਹੜੀਆਂ ਇੰਨੀਆਂ ਮਹਿੰਗਾਈਆਂ ਵਾ ਇਹ ਥੋੜ੍ਹੀਆਂ ਘਟਣੀਆਂ ਚਾਹੀਦੀਆਂ ਵਾ। ਜਿੰਨੇ ਲੋਕ ਤੁਰੇ ਫਿਰਦੇ ਆ, ਬੇਰੁਜ਼ਗਾਰ ਆ, ਇਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਵਾ ਅਤੇ ਸਾਰਿਆਂ ਲਈ ਖੁਸ਼ੀਆਂ ਭਰਿਆ ਨਵਾਂ ਸਾਲ ਹੋਣਾ ਚਾਹੀਦਾ।